ਅਸਲਾਮ ਅਲੈਕੁਮ ਮੇਰੇ ਦੋਸਤੋ ਮੇਰਾ ਨਾਮ ਮਨਜ਼ੂਰ ਅਹਿਮਦ ਤੇ ਤੁਸੀਂ ਵੇਖ ਰਹੇ ਹੋ ਪੰਜਾਬੀ YouTube ਚੈਨਲ ਅੱਜ ਦਾ ਸਾਡਾ ਟਾਪਿਕ ਹੈ ਕਿ ਬੱਕਰੀ ਦਾ ਥਣ ਜਿਹੜਾ ਬੰਦ ਕਿਉਂ ਹੁੰਦਾ ਹੈ ਇਸ ਮੌਜੂਦ ਤੇ ਅਸੀਂ ਗੱਲ ਕਰਾਂਗੇ ਇਸ ਮੌਜੂਦ ਤੇ ਤੁਹਾਨੂੰ ਅਸੀਂ ਇਲਾਜ ਵੀ ਦੱਸਾਂਗੇ ਦੇਸੀ ਟੋਟਕੇ ਯਾਨੀ ਦੇਸੀ ਟੋਟਕਿਆਂ ਨਾਲ ਨਾ ਤਾਂ ਜਾਨਵਰ ਨੂੰ ਜਾਂ ਬੰਦੇ ਨੂੰ ਕੋਈ ਨੁਕਸਾਨ ਹੋਵੇ ਅਗਰ ਫਾਇਦਾ ਨਾ ਹੋਵੇਗਾ ਤਾਂ ਨੁਕਸਾਨ ਬਿਲਕੁਲ ਨਹੀਂ ਹੋਵੇਗਾ ਤੋਂ ਅੱਜ ਸਾਡਾ ਮੌਜੂਦ ਹੈ ਬੱਕਰੀ ਦਾ ਥਣ ਬੰਦ ਕਿਉਂ ਹੁੰਦਾ ਹੈ? ਤੋਂ ਅਗਰ ਇਸ ਤੋਂ ਪਹਿਲੇ ਸਾਡੀ ਵੀਡੀਓ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲੇ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਦੋਸਤਾਂ ਤੱਕ ਅਤੇ ਉਸ ਤੋਂ ਬਾਅਦ ਘੰਟੀ ਵਾਲਾ ਬਟਨ ਜ਼ਰੂਰ ਦਬਾਓ ਕਿਉਂਕਿ ਸਾਡੀ ਹਰ ਇੱਕ ਨਵੀਂ ਆਉਣ ਵਾਲੀ ਵੀਡੀਓ ਦੋਸਤਾਂ ਤੱਕ ਪਹੁੰਚਦੀ ਰਹੇ। ਤੋਂ ਆਓ ਅਸੀਂ ਵੀਡੀਓ ਆਪ ਸਟਾਰਟ ਕਰਨੇ ਹੈ ਕਿ ਇਹ ਵੇਖੋ ਬੱਕਰੀ ਦਾ ਥਣ ਇੱਕ ਛੋਟਾ ਹੈ, ਇੱਕ ਵੱਡਾ ਹੈ। ਉਹਦੇ ਬੰਦ ਹੋਣ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਤੁਸੀਂ ਪਹਿਲੇ ਸਭ ਤੋਂ ਪਹਿਲੇ ਇਸ ਨੂੰ ਬੱਕਰੀ ਦਾ ਥਣ ਜਿਹੜਾ ਚੋਤੇ ਵੇਖੋ ਹੱਥ ਲਾਓ ਅਗਰ ਥਣ ਸਖਤ ਹੋ ਗਿਆ ਉਹਨੂੰ ਚੋਤੇ ਵੇਖੋ ਅਗਰ ਦੁੱਧ ਦੇ ਵਿੱਚੋਂ ਬਦਬੂ ਆਵੇ 스멜 ਆਵੇ ਤਾਂ ਭਾਈ ਵੇਖੋ ਸਾਹਮਣੇ ਦੁੱਧ ਚੋਰਿਆ ਇਹ ਦੁੱਧ ਨੂੰ ਤੁਸੀਂ ਵੇਖੋ ਕਿੰਦੇ ਚੋ 스멜 ਤਾਂ ਨਹੀਂ ਆ ਰਹੀ ਅਗਰ 스멜 ਲਾਂਦੀ ਹੋਵੇ ਤਾਂ ਸਮਝੋ ਕਿ ਇਹ ਥਣੇ ਜਿਹੜਾ ਨਕਸ ਹੋ ਗਿਆ ਖਤਮ ਹੋਣਾ ਸ਼ੁਰੂ ਹੋ ਗਿਆ ਬੰਦ ਹੋਣਾ ਸ਼ੁਰੂ ਹੋ ਗਿਆ ਆਸ-ਆਸਾ ਇਹ ਹੁਣ ਬਦਬੂਦਾਰ ਦੁੱਧ ਆ ਰਿਹਾ ਆਸ-ਆਸਾ ਇਹਦੇ ਵਿੱਚ ਆਣੀਆਂ ਸ਼ੁਰੂ ਹੋ ਜਾਣਗੀਆਂ फुटियाँ फुटिया तो बाद बिल्कुल जोड़ा थान खत्म हो जाएगा तो दो इस तरह की गफलत नहीं करनी चाहिए और आओ असी तू इस इलाज दसने इलाज तुम्हें कुछ इस तरह करना है कि अगर बदबूदार दुद्ध आना शुरू हो जाए अगर फुटिया वाला दुध आना शुरू हो जाए तो सौ ग्राम शक्कर आम दुकान तो मिल जाती करना स्टोर तो सौ ग्राम शक्कर 100 ਗ੍ਰਾਮ ਹੀ ਸਰੋਂ ਦਾ ਤੇਲ ਇਹਨਾਂ ਦੋਨਾਂ ਨੂੰ ਤੁਸੀਂ ਮਿਕਸ ਕਰ ਲੈਣਾ ਮਿਕਸ ਕਰਤੇ ਇਹ ਬੱਕਰੀ ਨੂੰ ਤੁਸੀਂ ਖਵਾ ਦੇਣਾ ਹੈ ਖਵਾਉਣ ਤੋਂ ਬਾਅਦ ਇਨਸ਼ਾਅੱਲਾ ਅੱਲਾਹ ਤਬਾਰਕ ਤਾਲਾ ਦੀ ਹੁਕਮ ਨਾਲ ਇਹ ਜਿਹੜਾ ਥਾਣੇ ਬਿਲਕੁਲ ਆਟੋਮੈਟਿਕ ਠੀਕ ਹੋ ਜਾਏਗਾ ਔਰ ਇਹਦਾ ਦੁੱਧ ਜਿਹੜੀ ਉਹਦੀ ਸਮੈਲ ਖਤਮ ਹੋ ਜਾਏਗੀ ਅਗਰ ਥਾਣ ਖਤਮ ਹੋ ਗਿਆ ਬਿਲਕੁਲ ਖਤਮ ਹੋ ਗਿਆ ਤੁਸੀਂ ਇਲਾਜ ਕੋਈ ਨਹੀਂ ਕੀਤਾ ਤਾਂ ਤੁਸੀਂ ਮੇਰੇ ਦੋਸਤੋ ਇਸ ਤਰ੍ਹਾਂ ਕਰਨਾ ਹੈ ਕਿ 20 ਗ੍ਰਾਮ ਯਾਨੀ ਇੱਕ ਚਮਕ ਖਾਣੇ ਵਾਲਾ ਚਮਚ ਲਾਲ ਮਿਰਚ ਸੁਰਖ ਮਿਰਚ ਜਿਹੜੀ ਆਪਾਂ ਅਸੀਂ ਸਾਲਣ ਦੇ ਵਿੱਚ ਇਸਤੇਮਾਲ ਕਰਨੇ ਸੁਰਖ ਮਿਰਚ ਇੱਕ ਚਮਚ ਇੱਕ ਚਮਚ ਆਇਲ ਇਹਨਾਂ ਦੋਨੋਂ ਨੂੰ ਮਿਕਸ ਕਰਨਾ ਮਿਕਸ ਕਰ ਤੇ ਬੱਕਰੀ ਨੂੰ ਤੁਸੀਂ ਇਹ ਦੇ ਦੇਣਾ ਕਿਸੇ ਵੀ ਤਰੀਕੇ ਨਾਲ ਬੱਕਰੀ ਵੈਸੇ ਤਾਂ ਨਹੀਂ ਖਾਏਗੀ ਤੁਸੀਂ ਕਿਸੇ ਤਰੀਕੇ ਨਾਲ ਬੱਕਰੀ ਦੇ ਅੰਦਰ ਕਰਨਾ ਹੈ ਇੱਕ ਚਮਚ ਸੁਰਖ ਮਿਰਚ ਇੱਕ ਚਮਚ ਆਇਲ ਦੋਨੋਂ ਨੂੰ ਮਿਕਸ ਕਰੋ ਬੱਕਰੀ ਦੇ ਤੁਸੀਂ ਇਹ ਅੰਦਰ ਤੁਸੀਂ ਕਿਸੇ ਤਰੀਕੇ ਨਾਲ ਵੀ ਕਰ ਦੇਣਾ ਹੈ ਤਾਂ ਇਨਸ਼ਾਅੱਲਾ ਇਹ ਜਿਹੜਾ ਬੰਦ ਥਾਣੇ ਆਸ ਆਸਾ ਇਹ ਤੁਸੀਂ ਹਫਤੇ ਬਾਅਦ ਇਸ ਤਰ੍ਹਾਂ ਕਰ ਦੇਣਾ ਹਫਤੇ ਬਾਅਦ ਇੱਕ ਚਮਚ ਸੁਰਖ ਮਿਰਚ ਇੱਕ ਚਮਚ ਆਇਲ ਤਾਂ ਇਨਸ਼ਾਅੱਲਾ ਜਿਹੜਾ ਬੱਕਰੀ ਦਾ ਥਾਣੇ ਉਹ ਠੀਕ ਹੋ ਜਾਏਗਾ ਤਾਂ ਸਾਡੀ ਗਫਲਤ ਇਹ ਹੁੰਦੀ ਹੈ ਕਿ ਅਸੀਂ ਬੱਕਰੀਆਂ ਦੇ ਬੱਚੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਸਹੀ ਤਰੀਕੇ ਨਾਲ ਦੁੱਧ ਨਹੀਂ ਪਿਆਦੇ ਅਗਰ ਅਸੀਂ ਦੁੱਧ ਪਿਆਵਾਂਗੇ ਸਹੀ ਤਰੀਕੇ ਨਾਲ ਬਿਲਕੁਲ ਜਦੋਂ ਬੱਕਰੀ ਦਾ ਹਵਾਨਾ ਬਿਲਕੁਲ ਖਤਮ ਹੋ ਜਾਏਗਾ ਦੁੱਤੋਂ ਤਾਂ ਉਸ ਤੋਂ ਬਾਅਦ ਤੁਸੀਂ ਇੱਕ ਝੋਲਾ ਬਣਾ ਤੇ ਰੱਖੋ ਜਿਸ ਤਰ੍ਹਾਂ ਅਕਸਰ ਪਿੰਡਾਂ ਦੇ ਵਿੱਚ ਬੱਕਰੀਆਂ ਨੂੰ ਝੋਲਾ ਜਰਾਇਆ ਹੁੰਦਾ ਹੈ ਤਾਂ ਝੋਲਾ ਉਸ ਬੱਕਰੀ ਨੂੰ ਜਰਾਤੇ ਰੱਖੋ ਜੋ ਸਵੇਰ ਟਾਈਮ ਇੱਕ ਵਾਰ ਪਿਆਣਾ ਉਸ ਸਵੇਰ ਝੋਲਾ ਜਰਾ ਦੇਣਾ ਦੁਪਹਿਰ ਇੱਕ ਦਫਾ ਪਿਆਣਾ ਉਸ ਵੇਲੇ ਫਿਰ ਝੋਲਾ ਜਲਾ ਦੇਣਾ ਸ਼ਾਮ ਫਿਰ ਤੁਸੀਂ ਪਿਆਣਾ ਫਿਰ ਝੋਲਾ ਜਲਾ ਦੇਣਾ ਜਦੋਂ ਵੀ ਬੱਚਿਆਂ ਨੂੰ ਦੁੱਧ ਪਿਆਣਾ ਹੈ ਤਾਂ ਚੰਗੀ ਤਰੀਕੇ ਨਾਲ ਉਸ ਬੱਕਰੀ ਦਾ ਹਵਾਨਾ ਹੈ ਉਸ ਨੂੰ ਸਾਫ਼ ਹੋਣਾ ਚਾਹੀਦਾ ਹੈ ਅਗਰ ਹਵਾਨੇ ਦੇ ਵਿੱਚ ਦੁੱਧ ਠਹਿਰ ਜਾਂਦਾ ਹੈ ਬੱਚੇ ਪੀਂਦੇ ਰਹਿੰਦੇ ਥੋੜਾ ਜਿਹਾ ਪੀਤਾ ਬੱਚੇ ਛੜਦੇ ਹੋਗੇ ਫਿਰ ਥੋੜਾ ਜਿਹਾ ਪੀਤਾ ਛੜਦੇ ਹੋਗੇ ਹਵਾਨੇ ਦੇ ਅੰਦਰ ਦੁੱਧ ਰਹਿ ਜਾਂਦਾ ਹੈ ਜਦੋਂ ਦੁੱਧ ਹਵਾਨੇ ਦੇ ਅੰਦਰ ਰਹ ਜੇਗਾ ਤਾਂ ਉਸ ਨੂੰ ਆਖਦੇ ਨੇ ਪੰਜਾਬੀ ਦੀ ਵਿੱਚ ਖੜ ਵੱਜ ਜਾਂਦਾ ਹੈ ਜਦੋਂ ਬੱਕਰੀ ਨੂੰ ਖੜ ਵੱਜੇਗਾ ਤਾਂ ਆਟੋਮੈਟਿਕਲੀ ਜਿਹੜੇ ਬੱਕਰੀ ਦੇ ਥਣ ਨੇ ਉਹ ਖਰਾਬ ਹੋਣੇ ਸ਼ੁਰੂ ਹੋ ਜਾਣਗੇ ਤਾਂ ਅਕਸਰ ਤੁਸੀਂ ਵੇਖਿਆ ਹੋਣਾ ਕਿ ਦੇਸੀ ਬੱਕਰੀਆਂ ਨੇ ਜਿਹੜੀਆਂ ਇਹਨਾਂ ਦੇ ਥਣ ਖਰਾਬ ਹੁੰਦੇ ਨੇ ਟੇਢੀ ਬੱਕਰੀਆਂ ਦਾ ਥਣ ਕਦੇ ਖਰਾਬ ਨਹੀਂ ਹੋਇਆ ਬੋਜ਼ ਜ਼ਿਆਦਾ ਜਿਹੜੇ ਥਣ ਖਰਾਬ ਹੁੰਦੇ ਨੇ ਦੇਸੀ ਬੱਕਰੀਆਂ ਦੇ ਨੇ ਮੇਰੇ ਦੋਸਤੋ ਟੇਡੀ ਬੱਕਰੀ ਦਾ ਥਣ ਕਦੇ ਖਰਾਬ ਨਹੀਂ ਹੋਏਗਾ ਤੇ ਦੇਸੀ ਬੱਕਰੀ ਦਾ ਥਣ ਇਸ وجہ ਤੋਂ ਖਰਾਬ ਹੁੰਦਾ ਕਿਉਂਕਿ ਇਹਦੇ ਥੱਲੇ ਦੁੱਧ ਬਹੁਤ ਜ਼ਿਆਦਾ ਆਉਂਦਾ ਹੈ ਬੱਚੇ ਉਸਦੇ ਛੋਟੇ ਆਉਂਦੇ ਨੇ ਖੁਰਾਕ ਥੋੜੀਆਂ ਦੀ ਦੁੱਧ ਥੋੜਾ ਪੀਂਦੇ ਨੇ ਬਾਕੀ ਦਾ ਹਵਾਨੇ ਚ ਜਮਾ ਹੋ ਗਿਆ ਜਿਸ ਨੂੰ ਖੀਰੀ ਵੀ ਬੋਲ ਲੈਂਦੇ ਨੇ ਹਵਾਨਾ ਵੀ ਬੋਲ ਲੈਂਦੇ ਨੇ ਅਕਸਰ ਲੋਕ ਨੇ ਜਿਹੜੇ ਦਿਹਾਤੀ ਉਸ ਨੇ ਬੱਕਰੀ ਦੇ ਹਵਾਨੇ ਨੂੰ ਚੱਡਾ ਵੀ ਆਖ ਲੈਂਦੇ ਨੇ ਤਾਂ ਮੇਰੇ ਦੋਸਤੋ ਬੱਕਰੀ ਦਾ ਜਿਹੜਾ ਚੱਡਾ ਚੰਗੀ ਤਰ੍ਹਾਂ ਸਾਫ਼ ਹੋ ਜਾਣਾ ਚਾਹੀਦਾ ਹੈ ਅਗਰ ਬੱਚਿਆਂ ਨੇ ਪੀ ਲਿਆ ਬਾਕੀ ਬਚ ਗਿਆ ਉਸ ਨੂੰ ਛੋਦਿਓ ਹਵਾਨਾ ਖਾਲੀ ਕਰ ਦਿਓ ਜਦੋਂ ਹਵਾਨਾ ਬਿਲਕੁਲ ਹੀ ਖਾਲੀ ਹੋ ਜਾਏਗਾ ਤਾਂ ਦੋਸਤੋ ਬੱਕਰੀ ਦਾ ਥਣ ਕਦੇ ਵੀ ਖਰਾਬ ਨਹੀਂ ਹੋਏਗਾ ਤਾਂ ਅਗਰ ਸਾਡੇ ਸਾਡੇ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਲਾਈਕ ਕਰਨਾ اور ਸ਼ੇਅਰ ਵੀ ਕਰਨਾ ਕਿਉਂਕਿ ਅਗਰ ਤੁਹਾਨੂੰ ਸਾਡਾ ਨਾਮ ਮਸ਼ਵਰਾ ਕੋਈ ਕਰਨਾ ਹੋਵੇ ਤਾਂ ਸਾਡਾ WhatsApp ਨੰਬਰ ਸਾਹਮਣੇ ਤੋਂ WhatsApp ਨੰਬਰ ਤੇ ਸਾਡਾ ਕੋ ਮਸ਼ਵਰਾ ਵੀ ਕਰ ਸਕਦੇ ਹੋ ਤਾਂ ਇਨਸ਼ਾਅੱਲਾ ਅਗਲੀ ਵੀਡੀਓ ਤੇ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਸਾਨੂੰ ਇਜਾਜ਼ਤ ਦਿਓ